ਕਿਉਂ ਬੱਬੂ ਮਾਨ ਨੇ ਕਿਹਾ ਸੀ ਤੂੰ ਫੈਸ਼ਨ ਹੈ ਮਿਲਾਨ ਦਾ ਹੈਂਡ ਬੈਗ ਹੈ 2100 ਤੋਂ 3400 ਯੂਰੋ 2100 ਤੋਂ 3400 ਯੂਰੋ ਦਾ ਵਾ 2.5 ਲੱਖ ਦਾ ਸਮਾਨ ਹੀ ਆ ਉੱਤੇ ਜਾ ਕੇ ਇੰਡੀਅਨ ਐਮਬੈਸੀ ਦੇਖੋ ਇੱਥੇ ਪਾਸਪੋਰਟ ਅਸੀਂ ਕਰਦੇ ਰਹਿੰਦੇ ਆ ਪੇਪਰਾਂ ਵਾਲੇ ਪਹਿਲਾਂ ਪੇਪਰਾਂ ਬਾਰੇ ਜਾਣਕਾਰੀ ਦੇ ਲੋਕਾਂ ਨੂੰ ਪੇਪਰ ਵੀ ਖੁੱਲ ਰਹੇ ਆ ਮੈਂ ਦੱਸ ਦਿੰਦਾ ਵੀਡੀਓ 'ਚ ਸਾਰੇ ਬਾਲੀਵੁੱਡ ਦੇ ਸਟਾਰ ਆਪਣੇ ਇੱਥੋਂ ਸ਼ਾਪਿੰਗ ਕਰਕੇ ਜਾਂਦੇ ਆ ਬੱਬੂ ਮਾਨ ਵੀ ਸਕਾਪ ਇੱਥੇ ਲੈ ਗਿਆ ਜਿਹੜਾ ਟੰਗਿਆ ਹੁੰਦਾ ਐਲਬੀ ਦਾ ਆ ਗੱਲ ਸਾਰਾ ਉਹ ਗਾਣਾ ਮਿਲਾਨ 'ਚ ਹੀ ਸ਼ੂਟ ਹੋਇਆ ਸੀ ਆ ਮੇਨ ਲੋਕੇਸ਼ਨ ਉੱਥੋਂ ਲੈਤੀ ਗਈ ਸੀਗੀ ਗਾਣਾ ਸ਼ੂਟ ਕਰਨ ਲਈ ਕੰਮ ਲੋ ਮਿਲਾਨ ਤਮਾਤਾ ਸਾਡਾ ਤਾਂ ਮਿਲਾਨ ਸਾਲਾ ਅੱਜ ਸਾਰਾ ਤਾਂ ਦਿਮਾਗ ਖਰਾਬ ਕਰਤਾ ਮੂਡੇ ਖਰਾਬ ਹੋ ਗਿਆ ਸਾਰਾ ਜਮਾ ਹੀ ਹਾਲ ਚਾਲ ਨੇ ਸਾਰਿਆਂ ਦੇ ਅੱਜ ਅਸੀਂ ਆਏ ਆ ਮਿਲਾਨ ਸਿਟੀ ਤੇ ਤੁਹਾਨੂੰ ਅੱਜ ਮਿਲਾਨ ਦਿਖਾਵਾਂਗੇ ਤੇ ਅਸੀਂ ਬਾਹਰ ਤਾਂ ਬਹੁਤ ਘੁੰਮ ਲਏ ਹੁਣ ਅਸੀਂ ਸੋਚਿਆ ਵੀ ਇਟਲੀ ਦੇ ਵੀ ਸ਼ਹਿਰ ਥੋੜੇ ਜਿਹਾ ਘੁੰਮਣੇ ਚਾਹੀਦੇ ਨੇ ਤੇ ਬੰਦੇ ਦੇਖੋ ਸਾਡੇ ਨਾਲ ਕਿਹੜੇ ਆਏ ਨੇ ਕੁਰੀ ਵੀ ਆਇਆ ਕਹਿੰਦੇ ਕਹਿੰਦੇ ਠੰਡ ਬਾਲੀ ਜ਼ਿਆਦਾ ਲੱਗ ਰਹੀ ਆ ਦਿਖਾਉਂਦੇ ਆ ਮਿਲਾਨ ਸਿਟੀ ਤੇ ਹੁਣ ਆਪਾਂ ਸਿੱਧਾ ਦੋਮੋ ਚੱਲਦੇ ਆ ਮੈਟਰੋ ਫੜ ਕੇ ਗੱਡੀ ਪਾਰਕਿੰਗ ਲਾਤੀ ਆ ਆਪਾਂ ਕਰੀ ਪਈ ਆ ਜੀ ਅੱਤ ਠੰਡ ਵੈਸੇ ਤਾਂ ਚਲੋ ਵਧੀਆ ਧੁੱਪ ਜੀ ਨਿਕਲਣੀ ਸਟਾਰਟ ਹੋ ਜੂਗੀ ਆ ਹੁਣ ਪਰ ਹੁਣ ਠੰਡ ਬਹੁਤ ਜ਼ਿਆਦੇ ਹੈ ਤੋ ਵੀ ਪਹੁੰਚ ਗਏ ਆਪਾਂ ਕਹਿੰਦੇ ਮੂਰੇ ਕਿੱਥੇ ਦੋਮੋ ਮੂਰੇ ਆ ਗਏ ਜੀ ਦੋਮੋ ਦੇਖੋ ਕਬੂਤਰਾਂ ਜਾ ਕੇ ਕਬੂਤਰਾਂ ਦੇ ਮਿਲਾਨ ਦੀ ਮੇਨ ਟੂਰਿਸਟ ਸਪੌਟ ਇਹ ਸਭ ਤੋਂ ਹਿਸਟੋਰਿਕ ਜਗ੍ਹਾ ਹੈ ਇੱਥੇ ਦੀ ਇਹ ਬਹੁਤ ਪੁਰਾਣਾ ਬਣਿਆ ਹੋਇਆ ਕੇਜ਼ਾ ਇਹ ਚਰਚ ਹੈ ਇੱਥੇ ਦੀ ਬਹੁਤ ਪੁਰਾਣੀ 14ਵੀਂ ਸਦੀ ਦੀ ਬਣੀ ਹੋਈ ਚਰਚ ਆ ਤੇ ਇਹ ਹੁਣ ਮੇਨ ਲੈਂਡਮਾਰਕ ਆ ਮਿਲਾਨ ਦਾ ਰੀਲ ਬਣਾਉਣੀ ਨੀ ਹੈਗੀ ਆਪਦੀ ਮੈਂ ਨੀ ਬਣਾਉਣੀ ਮੇਰਾ ਯਾਰ ਬਾਲ ਦੇਖੀ ਬਾਲ ਨੀ ਕਬੂਤਰਾਂ ਵਾਲੀ ਦਬਦੇ ਨੀ ਕਹਿੰਦੇ ਨਹੀਂ ਦਬਦਾ ਜਸ਼ਨ ਨਹੀਂ ਦਬਦਾ ਬਿਠਾਊ ਕਬੂਤਰ ਦਾ ਇੱਕ ਹੀ ਆਇਆ ਯਾਰ ਬੇਇੱਜ਼ਤੀ ਹੋ ਗਈ ਕਬੂਤਰ ਹੀ ਇੱਕ ਆਇਆ ਯਾਰ ਨਹੀਂ ਦਬਦੇ ਨਹੀਂ ਅੱਜ ਨੀ ਹਟਦਾ ਮੁੰਡਾ ਅੱਜ ਤਾਂ ਕਬੂਤਰ ਹੀ ਬਿਠਾਊ ਅੱਜ ਤਾਂ ਕਬੂਤਰ ਹੀ ਰਜਾਊ ਇੱਥੇ ਹੁਣ ਆਪਾਂ ਪੀਣ ਲੱਗੇ ਆ ਕੌਫੀ ਪਹਿਲਾਂ ਤਾਂ ਅੱਜ ਲੇਟ ਹੋ ਗਏ ਅੱਜ ਕੌਫੀ ਨਹੀਂ ਪੀਤੀ ਸਵੇਰ ਦੀ ਪਹਿਲਾਂ ਕੌਫੀ ਪੀਂਦੇ ਆ ਫੇਰ ਘੁੰਮਾਂਗੇ ਦੇਖ ਬਾਬਿਓ ਠੰਡ ਬਹੁਤ ਸੀਗੀ ਠੰਡ ਤਾਰਨ ਦਾ ਇੱਕੋ ਹੋਵੇ ਬਸ ਤਰੀਕਾ ਏ ਕੌਫੀ ਕਿੱਥੇ ਪੀ ਰਹੇ ਅਸੀਂ ਕੌਫੀ ਕਿੱਥੇ ਬਹਿ ਗਏ ਦੁੱਧ ਦੇ ਨਾਲ ਕਹਿੰਦੇ ਸਾਹਮਣੇ ਵਾਲਾ ਪੀਓ ਸਿਰਾ ਚੀਜ਼ ਆ ਵੀਰੇ ਨਾਲ ਕਹਿੰਦੇ 2.5 ਕਿਲੋ ਦਾ ਕੇਕ ਰੱਖ ਲਿਆ ਤੜਕੇ ਤੜਕੇ ਕੈਮਰਾ ਬੰਦ ਹੋ ਕੇ ਮਿੱਠਾ ਦੇ ਨਾ ਪਹਿਲਾਂ ਤੁਸੀਂ ਪੀਣਾ ਇਹਨੇ ਕਹਿਣਾ ਦੂਜਾ ਹੀ ਮੈਨੂੰ ਫੜਾ ਦੋ ਕੇਕ ਇਹਦਾ ਵਿਊ ਚੈੱਕ ਕਰੋ ਇੱਥੋਂ ਆਪਾਂ ਸਾਨੂੰ ਲੈ ਕੇ ਚੱਲੇ ਹਾਂ ਗੈਲਰੀ ਦੇ ਵਿੱਚ ਇਟਲੀ ਦਾ ਜਿਹੜਾ ਸਭ ਤੋਂ ਮਹਿੰਗਾ ਮੌਲ ਹੈ ਇਟਲੀ ਦਾ ਕੀ ਪੂਰੇ ਦੁਨੀਆ 'ਚ ਸਭ ਤੋਂ ਮਹਿੰਗਾ ਮੌਲਾਂ 'ਚੋਂ ਇੱਕ ਮੌਲ ਆ ਗੈਲਰੀ ਇਹਦੇ ਵਿੱਚ ਬਹੁਤ ਹੀ ਮਹਿੰਗੀ ਮਾਰਬਲ ਲੱਗੀ ਹੋਈ ਆ ਪੂਰੀ ਗੈਲਰੀ ਦੇ ਵਿੱਚ ਤੇ ਅੰਦਰ ਤੁਹਾਨੂੰ ਸ਼ੋਰੂਮ ਦਿਖਾਵਾਂਗੇ ਕਿਹੜੀ ਕਿਹੜੀ ਕੰਪਨੀ ਦੇ ਆ ਜਸ਼ਨ ਆਪਣੇ ਵਰਗੇ ਆਮ ਬੰਦੇ ਵਾਲੀ ਤਾਂ ਹੈ ਨੀ ਇਹਦਾ ਕੋਈ ਅੰਦਰ ਗੈਲਰੀ ਦੇਖੋ ਮਾਸਕ ਲਾ ਲਈਏ ਹੁਣ 2 ਮਿੰਟ ਫੇਰ ਕਰ ਲਈਏ ਮਾਸਕ ਜ਼ਰੂਰੀ ਆ ਸ਼ੋਰੂਮ ਬਸ ਇੱਥੋਂ ਸ਼ੁਰੂ ਹੋ ਗਏ ਦੇ ਮੰਨ ਲਓ ਸ਼ਨੈਲ ਚੋਂ ਸਾਰੇ ਬਾਲੀਵੁੱਡ ਦੇ ਸਟਾਰ ਆਪਣੇ ਇੱਥੋਂ ਸ਼ਾਪਿੰਗ ਕਰਕੇ ਜਾਂਦੇ ਆ ਬੱਬੂ ਮਾਨ ਵੀ ਸਕਾਪ ਇੱਥੋਂ ਲੈ ਗਿਆ ਜਿਹੜਾ ਟੰਗਿਆ ਹੁੰਦਾ ਐਲਬੀ ਦਾ ਆ ਗੈਲਰੀ ਚੋਂ ਲੈ ਗਿਆ ਹੋਇਆਗਾ ਉਹ ਆਪਾਂ ਵੀ ਅੱਜ ਇੱਥੋਂ ਹੀ ਲੈ ਕੇ ਜਾਣਾ ਵੀਰਾ ਰੁਪਈਆ ਮੈਂ ਲੈ ਕੇ ਆਇਆ 10,000 ਯੂਰੋ ਇੰਡੀਆ ਜਾਣਾ ਸ਼ਾਪਿੰਗ ਕਰਨੀ ਆ ਸ਼ਾਪਿੰਗ ਸਾਰੀ ਅੱਜ ਕਹਿੰਦੇ ਮਿਲਾਨ ਤੋਂ ਹੀ ਕਰਕੇ ਜਾਊ ਮੁੰਡਾ ਅੱਜ ਸਾਰੀ ਸ਼ਾਪਿੰਗ ਮਿਲਾਨ ਚੋਂ ਵੀਰੋ
ਹੁਣ ਤੁਹਾਨੂੰ ਸ਼ੋਰੂਮ ਦਿਖਾਉਂਦੇ ਆ ਮੁੰਡੇ ਇੱਥੇ ਕਿਹੜੇ ਕਿਹੜੇ ਆ ਲੋਨ ਮੈਂ ਚੱਕ ਲਿਆ ਬੈਂਕ ਵਾਲਿਆਂ ਨੇ ਮੈਨੂੰ ਦੇਤਾ ਪਹਿਲਾਂ ਤਾਂ ਤੁਸੀਂ ਦੇਖੋ ਐਲਵੀ ਦਾ ਲੂਈ ਟੌਨ ਪ੍ਰਾਡਾ ਪ੍ਰਾਡਾ ਡਿਓਰ ਡਿਓਰ ਤਗੜੇ ਤਗੜੇ ਹਨ ਸ਼ੋਰੂਮ ਨੇ ਪੂਰੀ ਗੈਲਰੀ ਦੇ ਵਿੱਚ ਲਓ ਫਿਰ ਪਾਪੂਲਰ ਬ੍ਰਾਂਡ ਕਹਿੰਦੇ ਗੁੱਚੀ ਗੁੱਚੀ ਦਾ ਆ ਗਿਆ ਗੁੱਚੀ ਦਾ ਜੁੱਤੀ ਆ ਇੱਕ ਫੈਂਡੀ ਫੂੰਡੀ ਪਤਾ ਨਹੀਂ ਕੀ ਲਿਖਿਆ ਹੋਇਆ ਹੈਗਾ ਹੋਊ ਤਾਂ ਇਹ ਵੀ ਚੱਲ ਕੋਈ ਤਗੜਾ ਸ਼ੋਰੂਮ ਹੀ ਸਾਨੂੰ ਪਤਾ ਹੀ ਨਹੀਂ ਹੈਗਾ ਸਾਨੂੰ ਪਤਾ ਹੀ ਨਹੀਂ ਹੈਗਾ ਕਿਹੜੀ ਕੰਪਨੀ ਬੈਲਟਾਂ ਦੀ ਘਾਟ ਆ ਗੁੱਚੀ ਦੀਆਂ ਲੈ ਲੈਂਦੇ ਹੁਣ ਆਏ ਹੋਏ ਹੜਦੇ ਨਹੀਂ ਕਹਿੰਦੇ ਗੁੱਚੀ ਦੀ ਬੈਲਟ ਬਸ ਇੰਨਾ ਨਾ ਛੱਡ ਯਾਰ ਤੂੰ ਰਹਿਣ ਦੇ ਸਾਨੂੰ ਨੰਗ ਹੋ ਕੇ ਜਾਣਾ ਆਪਾਂ ਜਿਹੜੀਆਂ ਜੇਬਾਂ ਦੀਆਂ ਭਰ ਕੇ ਆਇਆ ਇੱਥੇ ਗੁੱਚੀ ਦੀ ਬੈਲਟ 'ਚ ਹੀ ਲੰਘ ਜਾਣੀਆਂ ਦਾਣੇ ਦੋ ਐਰੋ ਦੇ ਮਿਲੇ ਇੱਥੇ ਨਾ ਸਹੀ ਗੱਲ ਆ ਕਬੂਤਰਾਂ ਨੂੰ ਪਾਉਣ ਨੂੰ ਦਾਣੇ ਦੋ ਐਰੋ ਦੇ ਦਿੱਤੇ ਸਾਨੂੰ ਇਹਦੇ ਗੁੱਚੀ ਦੀ ਬੈਲਟ ਦਾ ਪਤਾ ਨਹੀਂ ਕੀ ਕੁਛ ਹੋਊਗਾ ਮੌਂਟ ਬਲੈਕ ਕਹਿੰਦੇ ਮੁੰਡਿਓ ਮੌਂਟ ਬਲੈਕ ਦੀ ਕਿਹੜਾ ਕਿਹੜਾ ਅੰਮ੍ਰਿਤ ਪਾਉਂਦਾ ਉੱਤੇ ਪੱਕੀ ਆ ਮਿਲਾਨ ਨੂੰ ਐਵੇਂ ਨੀ ਫੈਸ਼ਨ ਅੱਟ ਕਹਿ ਜਾਂਦਾ ਵੀਰੇ ਦੁਨੀਆ ਦੀ ਕੋਈ ਗੱਲਬਾਤ ਹੈ ਗੁੱਚੀ ਵਰਸਾਚੀ ਪ੍ਰਾਡਾ ਇਹ ਸਾਰੇ ਇੱਥੇ ਦੀ ਬ੍ਰਾਂਡ ਨੇ ਮੇਰੇ ਵੀਰਿਓ ਅਰਮਾਨੀ ਆਪਾਂ ਇੰਡੀਅਨ ਐਂਬੈਸੀ ਕੋਲ ਆ ਗਏ ਨਾ ਵਿਆਹ ਕਰਾਉਣ ਜਾਣਾ ਫਿਰ ਹੁਣ ਪਹਿਲੀ ਪਰਸ ਦੇਖ ਰਹੇ ਆਪਾਂ ਭਰਜਾਈ ਦੀ ਫਿਰ ਆਪਣਾ ਛੋਟਾ ਆਪਾਂ ਪਸੰਦ ਕਰ ਲਿਆ ਕਿੰਨੇ ਦਾਗਾ 250 ਤੋਂ 850 ਦੀ ਰੇਂਜ ਆ ਪਰ ਬਾਕੀ ਹੁਣ ਅੱਛਾ ਪੁੱਛਣ ਤੇ ਆ ਹੈਂਡ ਬੈਗ ਹੈ 2100 ਤੋਂ 3400 ਯੂਰੋ 2100 ਤੋਂ 3400 ਯੂਰੋ ਦਾ ਬਾ 2.5 ਲੱਖ ਦਾ ਸਮਾਨ ਹੀ ਆ 3400 ਰੁਪਏ ਚ ਤਾਂ ਆਪਾਂ ਯਾਰ 5-6 ਟੂਰ ਕੱਢ ਲਾਂਗੇ ਯੂਰਪ ਦੇ 3400 ਚ 5-6 ਟੂਰ ਹੱਟਦੇ ਨਹੀਂ ਆ ਡਿਓਰ ਦਾ ਸ਼ੋਰੂਮ ਦੇਖੋ ਤੇ ਆ ਬੈਗ ਫੜਿਆ ਦੇਖੋ ਇਹਦੇ ਹੱਥ 'ਚ ਨਿੱਕੀ ਜੀ ਇੱਕ ਬੈਗੀ ਜੀ ਆ ਅਤੇ ਬੈਗੀ ਦਾ ਪ੍ਰਾਈਸ ਹੈਗਾ ਗਾ 2100 ਯੂਰੋ ਕਰੀਬ ਹੀ ਆ ਬੈਗ ਬਾਹਲਾ ਮਹਿੰਗਾ ਨੀ ਹੈਗਾ ਆਹ ਬੰਦਾ ਸਾਡਾ ਕਹਿੰਦਾ 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 ਬੱਬੂ ਮਾਨ ਉਹਨਾਂ ਨੇ ਤਾਂ ਆਪੀ ਇੱਥੇ ਸ਼ੋਪਿੰਗ ਕਰਨੀ ਕਹਿੰਦਾ 15 ਲੱਖ ਲੈਂਦਾ ਅਗਲਾ ਸ਼ੋਅ ਦਾ ਬੰਦਾ ਕਿ ਤੀਵੀਂ ਆ ਦੱਸ ਵੀ ਕਿਹੜੀ ਚੀਜ਼ ਦਾ ਕਿੰਨਾ ਗਾ ਪੜ ਕੇ ਜਿਹੜਾ ਬੈਗ ਫੜਿਆ ਹੋਇਆ ਇਹਦੇ ਹੱਥ ਚ 1100 ਕਮੀਜ਼ ਆ ਜਿਹੜਾ ਸ਼ਰਟ ਕਮੀਜ਼ ਆ 1000 ਯੂਰੋ ਦੀ ਆ ਜਰਾਬਾਂ 160 ਦੀ ਬਸ ਇੱਕ ਵਿਚੀ ਦੇਖੋ ਇਹਦੀ ਪੇਂਟਿੰਗ 13ਵੀਂ ਸਦੀ ਦਾ ਖਾਣੀ 14ਵੀਂ ਸਦੀ ਦਾ ਸਾਰਿਆਂ ਨਾਲੋਂ ਮਹਾਨ ਪੇਂਟਰ ਰਿਹਾ ਹੈਗਾ ਮੈਨੂੰ ਹੁਣ ਸਦੀ ਨਹੀਂ ਪਤਾ ਕਿਹੜੀ ਦਾ ਰਿਹਾ ਇਹਨੇ ਮਸ਼ਹੂਰ ਪੇਂਟਿੰਗ ਬਣਾਈ ਆ ਇੱਕ ਤਾਂ ਜਿਹੜੀ ਇਟਲੀ ਦੀ ਪਈ ਆ ਮਿਲਾਨ 'ਚ ਅਸੀਂ ਉਹ ਦੇਖਣ ਜਾਵਾਂਗੇ ਦੇਖਦੇ ਹਾਂ ਜੇ ਖੁੱਲ੍ਹਾ ਹੋਇਆ ਮਿਊਜ਼ੀਅਮ ਉਹ ਪੇਂਟਿੰਗ ਵੀ ਤੁਹਾਨੂੰ ਦਿਖਾਵਾਂਗੇ ਅਤੇ ਜਿਹੜੀ ਇਹਦੀ ਇੱਕ ਸਭ ਨਾਲੋਂ ਮਸ਼ਹੂਰ ਪੇਂਟਿੰਗ ਆ ਜਿਹੜੀ ਦੁਨੀਆ ਸਭ ਨਾਲੋਂ ਮਹਿੰਗੀ ਪੇਂਟਿੰਗ ਆ ਮੋਨਾਲੀਸਾ ਦੀ ਜਿਹੜੀ ਪੈਰਿਸ 'ਚ ਪਈ ਆ ਉਹ ਇਹੀ ਪੇਂਟਰ ਨੇ ਬਣਾਈ ਹੋਈ ਆ ਉਹਦਾ ਪੁਤਲਾ ਬਣਿਆ ਹੋਇਆ ਹੈ ਇੱਥੇ ਗੈਲਰੀ ਦੇ ਕੋਲ ਹੀ ਬਣਿਆ ਹੋਇਆ ਹੈਗਾ ਮਿਲਾਨ ਚੈਂਟਰੋ ਦੇ ਵਿੱਚ ਆਪਾਂ ਚੱਲੀ ਜੀ ਕੈਸਟਲ ਤੇ ਰਸਤੇ 'ਚ ਆ ਗਈ ਇੰਡੀਅਨ ਐਂਬੈਸੀ ਦੇਖੋ ਇੱਥੇ ਪਾਸਪੋਰਟ ਰੀਨਿਊ ਹੁੰਦੇ ਆ ਆਪਣੇ ਵੀਜ਼ੇ ਵੂਜ਼ੇ ਦੀ ਕੋਈ ਵੀ ਪ੍ਰੋਬਲਮ ਇੱਥੇ ਹੱਲ ਹੋ ਜਾਂਦੀ ਆ ਜੇ ਕਿਸੇ ਨੇ ਨਾਮ ਨੂਮ ਚੇਂਜ ਕਰਾਉਣਾ ਹੈ ਪਾਸਪੋਰਟ ਸਾਰਾ ਕੁਝ ਇੱਥੇ ਸਲਿਊਸ਼ਨ ਹੈਗਾ ਏ ਇੱਥੇ ਆ ਸਕਦੇ ਇਹ ਵੀ ਚੈਂਟਰੋ ਦੇ ਵਿੱਚ ਹੀ ਆ ਦੋਮੋ ਕੋਲ ਹੀ ਆ ਮਿਲਾਨ ਦੇ ਪੁਰਾਣੀਆਂ ਟਰਾਮਾਂ ਨੇ ਇੱਥੇ ਥੋੜਾ ਜਿਹਾ ਦੂਰ ਆ ਬਾਲੀ ਅਸੀਂ 10 ਮਿੰਟਾਂ 'ਚ ਤੁਰ ਕੇ ਆ ਗਏ ਇੱਥੇ ਬੰਦਿਆਂ ਦੇ ਕੰਨ ਠਹਿਰੇ ਇਹ ਬਾਬੇ ਉਹ ਕੈਸਟਲ ਬਣਿਆ ਹੋਇਆ 15ਵੀਂ ਸੈਂਚਰੀ ਦਾ ਬਣਿਆ ਹੋਇਆ ਹੈਗਾ ਕਿਲਾ ਬਹੁਤ ਪੁਰਾਣਾ ਹੈਗਾ ਸੋਹਣਾ ਹੈਗਾ ਅੰਦਰ ਜਾ ਕੇ ਦੇਖਦੇ ਆ ਵੀ ਕਿਵੇਂ ਜਾਇਆ ਜਾਂਦਾ ਹੈਗਾ ਉੱਥੇ ਐਂਟਰੀ ਆ ਮੈਂ ਨਾ ਦੇਖਦੇ ਆ ਤੇ ਅੰਦਰੋਂ ਦਿਖਾਉਣੇ ਤੁਹਾਨੂੰ ਕਿਵੇਂ ਆ ਕੀ ਹਿਸਾਬ ਕਿਤਾਬ ਇਹਦਾ ਬਈ ਐਂਟਰ ਤਾਂ ਹੋ ਗਏ ਆ ਮੈਨੂੰ ਲੱਗਦਾ ਟਿਕਟ ਟੁਕਟ ਤਾਂ ਹੈ ਨੀ ਫ੍ਰੀ ਵਾਲਾ ਸੌਦਾ ਇਹ
ਜੇ ਟਿਕਟ ਹੋਈ ਆਪਾਂ ਲੈਣੀ ਵੀ ਨਹੀਂ ਹੈਗੀ ਯਾਰ ਕਾਤੇ ਲੈਣੀ ਹੈ ਭੈਣ ਮਹਿੰਗਾ ਪੈ ਜਾਣਾ ਸਾਨੂੰ ਤਾਂ ਇਦਾਂ ਇਦਾਂ ਹੀ ਦੇਖਾਂਗੇ ਫ੍ਰੀ ਦੇਖਾਂਗੇ एक पुराना जहा किला गा किसी राजे रूजे का होना गा 15वीं सदी का बनया होगा लिखा होया गा सच्चे प्यार निशानी जिंदे ला प्यार जिंदे ला प्यार सिरे चढ़ा हम तू भी लावेगा फिर मैं नहीं अपना ला दे मिलान दी पार्क आ पार्क का नाम पता नहीं की आ चेक नहीं किया नाम इथो आप चलते सीधा गेट कहते किथे आ गए जशन दस फिर हक सी लो मी मेरे वीरो कहिंदे आ गए मिलान दे गेट कोले आर्को दे ला पीस ए गेट बनया होया गा 1807 दा कहिंदे आर्को दिल पीस एदा नाम आ ते एही कनेक्ट करदा एक पैरिस जेड़ा गेट बनया होया गा थोनू सारेयां नू पता ही हो बहुत मशहूर आ पैरिस वाला गेट ते आ मिलान दा गेट आपस विच ए रोड कनेक्ट करदे आ दोने सिटीयां कनेक्ट करदियां ने रोड राही यार करदे ए गेट तों सच्ची करदे आ भावें पढ़ना नेट ते अपने मेनु पैरिस का गेट चल तू नहीं देखने दिता है तेन मिलानो का मैं दिखाता तू ए यार पैरिस भी आही गेट ज्यादा वधिया मिलानो का गेट देखो मिलानो एंजॉय करो एंजॉय करो सा ठंड आ किसी पासे जा नहीं हुंदा हैगा घट ब्लॉग पाई दे ठंड करके जान का जीव नहीं करता पैरे आता गए हुण मिलान भी हाथ उत्ते कंबी जांदे ठंड करके मौसम ने साथ देता धुप निकली यार भुख बहुत लगी आ मुंडे केएफसी केएफसी सब दी पसंद केएफसी 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 चिकन बकेट्स चल गेट देखो तुसी सोहना बनाया हुआ यार गेट सड़क दिखा सेम ही है ना दोनों साइड तो गेट बनया हुआ ਵਧੀਆ ਬਣਿਆ ਹੋਇਆ ਹੈਗਾ ਆ ਬੰਦੇ ਉਂ ਤਾਂ ਆ ਗਏ ਚਾਰ ਚਾਰ ਪੰਜ ਪੰਜ ਵਾਰੀ ਮਿਲਾਨ ਗੇਟ ਪਹਿਲੀ ਵਾਰੀ ਦੇਖਿਆ ਹੈਗਾ ਵੀਰੇ ਪਹਿਲੀ ਵਾਰ ਦੋ ਵਾਰ ਆਇਆ ਮੈਂ ਪਹਿਲਾਂ ਹਾਂ ਗੇਟ ਤਾਂ ਪਹਿਲੀ ਵਾਰ ਦੇਖਿਆ ਹਾਂ ਤਾਂ ਅਸੀਂ ਚਾਰ ਪੰਜ ਵਾਰ ਆ ਗਏ ਮੈਂ ਤਾਂ ਚਾਰ ਵਾਰ ਆ ਲਿਆ ਸਿਟੀ ਸੈਂਟਰ ਦੇਖ ਕੇ ਮੁੜ ਜਾਂਦੇ ਵਾ ਮਿਲਾਨ ਤਾਂ ਮੈਨੂੰ ਕਹਿੰਦਾ ਮਿਲਾਨ 'ਚ ਹੈ ਕੀ ਆ ਕਹਿੰਦਾ ਉੱਥੇ ਕੀ ਕਰਨ ਜਾਣਾ ਮੈਂ ਤੈਨੂੰ ਲੈ ਕੇ ਚੱਲਦਾ ਉਹਨੂੰ ਘੁਮਾ ਕੇ ਲੈ ਕੇ ਆਉਂ ਕਿਵੇਂ ਲੱਗਿਆ ਫਿਰ ਮਿਲਾਨ ਬੜਾ ਘੈਂਟਾ ਯਾਰ ਮਿਲਾਨ ਹੁਣ ਪਤਾ ਲੱਗਿਆ ਅਸਲੀ ਮਿਲਾਨ ਤਾਂ ਅੱਜ ਦੇਖਿਆ ਮੈਂ ਅਸੀਂ ਤਾਂ ਨਕਲੀ ਜਸਨ ਗਾਣਾ ਸੁਣਾ ਤੂੰ ਗੁਰੂ ਰੰਧਾਵਾ ਮੇਡ ਇਨ ਇੰਡੀਆ ਲੱਗਦੀ ਮੇਡ ਇਨ ਇੰਡੀਆ ਬ੍ਰਾਂਡਡ ਤੇਰੇ ਬ੍ਰਾਂਡਡ ਤੇਰੇ ਕੱਪੜੇ ਨੇ ਉਹ ਇੱਥੇ ਸ਼ੂਟ ਹੋਇਆ ਦਾ ਹਾਸਾ ਤੇਰਾ ਕੀ ਕਹਿਣੇ ਤੇਰੇ ਨਖਰੇ ਨੇ ਬਾਬਾ ਇੰਨਾ ਨਹੀਂ ਸੁਣਾਉਣਾ ਆਪਾਂ ਇੱਥੇ ਹੀ ਸ਼ੂਟ ਹੋਇਆ ਹੋਇਆ ਉਹ ਇਹਦੇ ਮੂਰੇ ਮਿਲਾਨ ਚ ਹਾਂ ਇੱਥੇ ਬਹਿ ਕੇ ਗੁਰੂ ਰੰਧਾਵਾ ਨੇ ਸ਼ੂਟ ਕੀਤਾ ਸੀਗਾ ਗੀਤ ਮੇਡ ਇਨ ਇੰਡੀਆ ਸੀ ਤੇ ਸ਼ੂਟ ਮੇਡ ਇਨ ਇਟਲੀ ਸੀਗਾ ਸਾਰਾ ਉਹ ਗਾਣਾ ਮਿਲਾਨ ਚ ਹੀ ਸ਼ੂਟ ਹੋਇਆ ਸੀ ਆ ਮੇਨ ਲੋਕੇਸ਼ਨ ਉਥੋਂ ਲਿੱਤੀ ਗਈ ਸੀਗੀ ਗਾਣਾ ਸ਼ੂਟ ਕਰਨ ਲਈ ਲੱਗਦੀ ਆ ਬੈਕੇ ਲਾ ਵੀਰੇ ਹੁਣ ਕਹਿੰਦੇ ਰਾਸਣ ਦੀ ਹੀ ਦੇਈ ਫੇਰ ਲੱਗਿਆ ਮੁੰਡੇ ਰਾਸਣ ਚੰਗਾ ਹੀ ਐ ਸਵੇਰ ਸਵੇਰ ਦੀ ਲੱਗਿਆ ਹੀ ਭੁੱਖ ਮੁੰਡਿਆਂ ਨੂੰ ਤੜ ਤੜ ਕੇ ਹੁਣ ਖਾਇਆ ਜਾਊਗਾ ਚਿਕਨ ਤੇ ਫੇਰ ਦੁਬਾਰਾ ਦੇਖਿਆ ਜਾਊਗਾ ਵੀ ਕੀ ਜਗ੍ਹਾ ਰਹੀ ਹੈ ਲਿਆਦੋ ਨੇਰੀ ਚਲੋ ਫਿਰ ਡੇਢ ਤੋਂ ਹੁਣ ਖਾਲੀ ਹੋਈ ਪਤਾ ਲੱਗ ਗਿਆ ਜਾਦੂ ਚੱਕੋ ਖਤਮ ਬੰਦੇ ਰਾਸਣ ਬਹੁਤ ਖੇਲਦੇ ਆ ਉਹ ਦੇਖ ਬੈਠੋ ਜਗ੍ਹਾ ਨਾ ਸਲੋਗਨ ਪੜ੍ਹ ਕੇ ਸੁਣਾ ਤੂੰ ਇਹਨਾਂ ਦਾ ਕਹਿੰਦੇ ਦੇਅਰ ਆਰ ਫਿਊ ਪ੍ਰੋਬਲਮਸ ਆ ਬਕਟ ਆਫ ਹਾਈਡ ਚਿਕਨ ਕਾਰਡ ਸੋਲਵ ਗੱਲ ਵੀ ਸੱਚੀ ਆ ਦੇਖਿਆ ਫਿਰ ਇੱਕ ਬੱਕੜ ਯਾਰ ਥੋੜੀ ਪ੍ਰੋਬਲਮ ਸੋਲਵ ਕਰ ਦੂਗੀ ਇੱਕ ਕੋਡ ਤੇ ਸਾਨੂੰ ਭੁੱਖ ਲੱਗੀ ਸੀ ਬੱਕੜ ਨੇ ਉਹ ਪ੍ਰੋਬਲਮ ਸੋਲਵ ਕਰਤੀ ਆ ਖਾਲੀ ਤਾਂ ਕਰਤੀ ਆ ਤਾਂ ਚਲੋ ਹੁਣ ਬਾਹਰ ਚੱਲਦੇ ਆ ਦੇਖਦੇ ਆ ਹੋਰ ਚੀਜ਼ਾਂ ਆਪਾਂ ਯਾਰ ਡਵਿਚੀ ਦੀ ਪੇਂਟਿੰਗ ਦੇਖਣੀ ਆ ਬਾਬੇ ਹਾਂ ਹੁਣ ਉੱਥੇ ਜਾਓ ਜਿਹੜੀ ਡਵਿਚੀ ਨੇ ਬਣਾਈ ਹੋਈ ਹੈ ਨਾ ਪੇਂਟਿੰਗ ਉਹ ਦੇਖ ਕੇ ਜਾਣੀ ਆਪਾਂ ਮਿਲਾਨ ਚ ਉਹ ਵੀ ਦਿਖਾਵਾਂਗੇ ਤੁਹਾਨੂੰ ਵਿਆਹ ਬੰਦਾ ਦੇਖੋ
ਫਾਰਮਲ ਪੈਂਟ ਇਹ ਮਿਲਾਨੋ ਦੀ ਮਿਲਾਨੋ ਦੀ ਫੀਲਿੰਗ ਜ਼ਿਆਦਾ ਹੀ ਚੱਕ ਗਿਆ ਲੱਗਦਾ ਨਾ ਕੋਟ ਪੈਂਟ ਪੂਰਾ ਪਾ ਕੇ ਆਇਆ ਸਿਰਾ ਹੀ ਕਰਾ ਰਿਹਾ ਐਂਡ ਫਾਰਮਲ ਕੱਪੜਿਆਂ 'ਚ ਜ਼ਿਆਦਾ ਹੀ ਫੀਲਿੰਗ ਲੈ ਗਿਆ ਮਿਲਾਨੋ ਦੀ ਮੁੰਡਾ ਸਹੀ ਗੱਲ ਆ ਵੀ ਅਸੀਂ ਆ ਗਏ ਇੱਥੇ ਇੱਥੇ ਦਾ ਮਸ਼ਹੂਰ ਜਿਹੜਾ ਮਿਊਜ਼ੀਅਮ ਹੈ ਦਾ ਲਾਸਟ ਸੁਪਰ ਇਹ ਦਵੀਚੀ ਦੀਆਂ ਜਿਹੜੀਆਂ ਪੇਂਟਿੰਗਾਂ ਬਣਾਈਆਂ ਹੋਈਆਂ ਨੇ ਮਸ਼ਹੂਰ ਉਹ ਪਈਆਂ ਦੇ ਵਿੱਚ ਹੁਣੀ ਆਪਾਂ ਦੇਖ ਕੇ ਨਿਕਲੇ ਹਾਂ ਹਜੇ ਤੇ ਪਰ ਅੰਦਰ ਵੀਡੀਓ ਬਣਾਉਣ ਨਹੀਂ ਦਿੰਦੇ ਹੈਗੇ ਕਿਉਂਕਿ ਸ਼ੂਟ ਕਰਨ ਦੀ ਪਰਮਿਸ਼ਨ ਨਹੀਂ ਹੈਗੀ ਇਸ ਕਰਕੇ ਅਸੀਂ ਸ਼ੂਟ ਨਹੀਂ ਸਾਰੇ ਮਿਊਜ਼ੀਅਮ 'ਚ ਲਗਭਗ ਮਨਾ ਹੀ ਹੁੰਦਾ ਹੈਗਾ ਵੀਡੀਓ ਬਣਾਉਣੀ ਅੰਦਰ ਦੇਖ ਕੇ ਆਇਆ ਵਧੀਆ ਪੇਂਟਿੰਗਾਂ ਨੇ ਗਾਲ ਕੱਢੀ ਸੀ ਤੁਸੀਂ ਤਿੰਨ ਉਂਗਲੀਆਂ ਹੀ ਵੱਢ ਛਿੱਟੀਆਂ ਮਾੜੀ ਗੱਲ ਆ ਹੁਣ ਚਰਚ ਦੀ ਬੈਕ ਸਾਈਡ ਤੇ ਇੱਥੇ ਸਾਰੀ ਮਾਰਕੀਟ ਆ ਬੈਕ ਸਾਈਡ ਹੈ ਜੀ ਐਡਾਂ ਵੀ ਬਹੁਤ ਦਿੱਤੀਆਂ ਹੋਈਆਂ ਨੇ ਠੰਡ ਵੀ ਬਹੁਤ ਠੰਡ ਨੇ ਕਰਾਈ ਪਈ ਆ ਅੱਤ ਮਿਲਾਨ ਆ ਕੇ ਵੀ ਪੂਲ ਐਂਡ ਬੀਅਰ ਲੋਕ ਗੁੱਚੀ ਵਰਸਾਚਾ ਇੱਥੇ ਦੇਖਣ ਆਉਂਦੇ ਪੂਲ ਐਂਡ ਬੀਅਰ ਲੈ ਬ੍ਰਸ਼ਕਾ ਇਹ ਤਾਂ ਕਰਮੋਨੇ ਵੀ ਹੈਗੀਆਂ ਹੈਗੀਆਂ ਤਾਂ ਮਾਮਾ ਪਤਾ ਮੈਨੂੰ ਸ਼ੋਪਿੰਗ ਏਰੀਆ ਸ਼ੋਪਿੰਗ ਕੰਪਲੈਕਸ ਹੀ ਕਹਿ ਸਕਦੇ ਹਾਂ ਗਲਤੀ ਬੋਲੀ ਜਾਂਦਾ ਅਰਬਨ ਸਟੇਟ ਪਤਾ ਬਾਜ਼ਾਰ ਆ ਯਾਰ ਸਿੱਧੀ ਜੀ ਗੱਲ ਹੈ ਸਾਰੇ ਸ਼ੋਰੂਮ ਨੇ ਬਾਬੇ ਦੇ ਵਿੱਚ ਮੇਰੀ ਗੱਲ ਸੁਣ ਲਾ ਹੁਣ ਬਹੁਤ ਯਾਰ ਬਹੁਤ ਦੁਕਾਨਾਂ ਦੇਖ ਲਈਆਂ ਇਹ ਨੀ ਮੁੱਕਣੀ ਹੈਗੀ ਮਾਰਕੀਟ ਮੈਨੂੰ ਲੱਗਦਾ ਮੁੱਕਣ ਚ ਨੀ ਆਉਂਦਾ ਏਡਾ ਤੂੰ ਰਹਿਣ ਦੇ ਮਾਰਕੀਟ ਇਹ ਨੀ ਮੁੱਕਣੀ
ਵਾਪਸ ਚੱਲੀਏ ਆਪਾਂ ਨਹੀਂ ਯਾਰ ਹੋਰ ਥੋੜੀ ਰਹਿ ਗਈ ਸ਼ਾਪਿੰਗ ਉਹ ਰਾਤ ਦਾ ਵਿਊ ਦੇਖਦੇ ਆ ਮੁੜ ਕੇ ਚੱਲਦੇ ਆ ਆਪਾਂ ਇੱਧਰ ਕਰ ਮੜਿਆ ਓ ਮਾਈ ਗੋਡ ਨਹੀਂ ਅਸੀਂ ਹੈ ਨਹੀਂ ਇਹ ਪੀਣ ਪੂਣ ਵਾਲੇ ਕਿਹੜੇ ਸਪਾਟਾ ਜਸ਼ਨ ਇੱਕ ਯਾਰ ਬੰਦੇ ਆਪਣੇ ਮੈਸੇਜ ਕਰਦੇ ਰਹਿੰਦੇ ਆ ਪੇਪਰਾਂ ਵਾਲੇ ਪਹਿਲਾਂ ਪੇਪਰਾਂ ਬਾਰੇ ਜਾਣਕਾਰੀ ਦੇ ਲੋਕਾਂ ਨੂੰ ਖੁੱਲ ਰਹੇ ਆ ਮੈਂ ਦੱਸ ਦਿੰਦਾ ਵੀਡੀਓ ਚ ਪੇਪਰਾਂ ਦੀ ਦੇਖੋ ਪੇਪਰ ਹੈ ਰਹੇ ਨੇ ਖੁੱਲ 10,000 ਮਾੜਾ ਜਿਹਾ ਉਰੇ ਪੇਪਰ ਖੁੱਲ ਰਹੇ ਨੇ ਜਿਹਨੇ ਜਿਹਨੇ ਭਰਨੇ ਆ ਕੰਟੈਕਟ ਸਾਡੇ ਨਾਲ ਕਰ ਲਓ ਸਾਡੇ ਨਾਲ ਨਹੀਂ ਆਪਦੇ ਭਰ ਲਓ ਬਾਈ ਸਿੱਧੀ ਜੀ ਗੱਲ ਆ ਤੁਹਾਡੀ ਸਾਡੇ ਸਹਾਰੇ ਨਾਲ ਰਹੋ ਸਾਨੂੰ 2 ਲੱਖ ਰੁਪਈਆ ਪਹਿਲਾਂ ਸਾਨੂੰ ਪੇਪਰਾਂ ਬਾਰੇ ਬਾਬੇ ਬੜਾ ਕੁਝ ਪਤਾ ਨਹੀਂ ਹੈਗਾ ਐਵੇਂ ਤੁਹਾਨੂੰ ਦੱਸੀਏ ਪੇਪਰ ਖੁੱਲ ਰਹੇ ਆ ਬਸ ਤੁਹਾਨੂੰ ਇਹ ਦੱਸ ਦਿੰਦੇ ਆ ਆਪਦਾ ਏਜੰਟਾਂ ਏਜੰਟਾਂ ਨੂੰ ਪਤਾ ਕਰ ਲਓ ਰੇਟ ਬਹੁਤ ਹਾਈ ਆ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਇਟਲੀ ਦਾ 15-15 ਲੱਖ ਤੋਂ ਥੱਲੇ ਗੱਲ ਨਹੀਂ ਕਰ ਰਿਹਾ ਕੋਈ ਤੁਹਾਨੂੰ ਸਿੱਧੀ ਜੀ ਗੱਲ ਦੱਸ ਦਿੰਦੇ ਆ ਬਾਕੀ ਫਿਰ ਪੇਪਰਾਂ ਬਾਰੇ ਮੈਸੇਜ ਸਾਨੂੰ ਕਰਨ ਨੂੰ ਰਹਿ ਨਹੀਂ ਦਿਆ ਬੋਗੀ ਬੋਗੀ ਇਹ ਵੀ ਮਿਲਾਨ ਦਾ ਬ੍ਰਾਂਡ ਆ ਬੋਗੀ ਪਾਟਾ ਜੈਸ ਅਗੂਰੀ ਡਿਓਰ ਆ ਜਿਹੜਾ ਇਹ ਵੀ ਐਂਟਰੀ ਚ ਸਾਰੇ ਬ੍ਰਾਂਡ ਨੇ ਓ ਅਗੂਰੀ ਡਿਓਰ ਇਹਦੇ ਅੰਦਰ ਨੂੰ ਸਾਰੇ ਸਿਰੇ ਤੱਕ ਲੈਟਾਂ ਨੇ ਸਾਰਾ ਬ੍ਰਾਂਡ ਆ ਬਾਕੀ ਆ ਨਿਊਯਾਰਕ ਸਿਟੀ ਆ ਨਿਊਯਾਰਕ ਸਿਟੀ ਮਿਲਾਨ ਤੋਂ ਬਾਅਦ ਅਸੀਂ ਨਿਊਯਾਰਕ ਸੈਂਟਰ ਹੋ ਗਏ ਜੀ ਨਾ ਦੇਖ ਲਾ ਫਿਰ ਨਾਈਟ ਵਿਊ ਘੰਟੇ ਲੱਗੇਗਾ 2 ਘੰਟੇ ਨੇ ਸਾਨੂੰ ਬਿਠਾ ਕੇ ਰੱਖਿਆ ਕਰਨਾ ਆਪਾਂ ਨਾਈਟ ਵਿਊ ਦੇਖੇ ਬਿਨਾ ਜਾ ਹੀ ਨਹੀਂ ਸਕਦੇ ਕਹਿੰਦਾ ਇੱਥੋਂ ਚਲੋ ਕੋਈ ਸੋਹਣਾ ਯਾਰ ਦੇਖੋ ਯਾਰ ਆਪਾਂ ਨੂੰ ਲੱਗਦਾ ਵੀ ਕੱਲੇ ਇੰਡੀਆ ਹੀ ਚੋਰ ਚਾਰ ਨੇ ਇੱਥੇ ਦੇ ਵੀ ਤੁਹਾਨੂੰ ਚੋਰਾਂ ਦੀ ਕਰਤੂਤ ਦਿਖਾਉਣੇ ਅੱਜ ਆਹੋ ਮੈਂ ਕਰਾਈ ਆ ਕੰਗ ਨੂੰ ਪੁੱਛਣਾ ਕਿਆ ਦੇਖੋ ਨਾਲਾ ਸਾਰਾ ਸ਼ੀਸ਼ਾ ਤੋੜ ਕੇ ਰੱਖਤਾ ਗੱਡੀ ਦਾ ਨੁਕਸਾਨ ਬਹੁਤ ਹੋ ਗਿਆ ਵੀਰ ਸ਼ੀਸ਼ਾ ਤੋੜ ਕੇ ਨਾ ਸਾਲਾ ਭੈਣ ਚ ਵਿੱਚ ਕੁਛ ਉਹਨੂੰ ਲੱਭਿਆ ਨਾ ਕੱਢਿਆ ਕੁਛ ਸ਼ੀਸ਼ਾ ਤੋੜ ਕੇ ਭੱਜ ਗਏ ਬਸ ਪੁਲਿਸ ਵਾਲਿਆਂ ਨੂੰ ਸਾਡਾ 1.25 ਘੰਟੇ ਦਾ ਫੋਨ ਲੱਗਿਆ ਹੋਇਆ ਨਾ ਪੁਲਿਸ ਫੋਨ ਚੱਕਦੀ ਆ ਘੁੰਮ ਲਓ ਮਿਲਾਨ ਘੁਮਾਤਾ ਸਾਡਾ ਤਾਂ ਮਿਲਾਨ ਸਾਲਾ ਅੱਜ ਸਾਰਾ ਤਾਂ ਦਿਮਾਗ ਖਰਾਬ ਕਰਤਾ ਮੂਹੜੇ ਖਰਾਬ ਹੋ ਗਿਆ ਸਾਰਾ ਜਮਾਂ ਹੀ ਉੱਤੇ ਸਾਡਾ ਠੰਡ ਚ ਪੁਲਿਸ ਵਾਲਿਆਂ ਨੇ ਮਾਰਿਆ ਨਾ ਫੋਨ ਚੱਕਦੇ ਆ ਨਾ ਆਉਂਦੇ ਆਹ ਕੰਮ ਆ ਇੱਥੇ ਇਟਲੀ ਚ ਵੀ ਭੰਨ ਕੇ ਤੁਰ ਗਿਆ ਕੋਈ ਇੱਥੇ ਪੀ ਕੇ ਸਾਲੇ ਵੀਰਾਂ ਸ਼ੀਸ਼ੇ ਭੰਨ ਕੇ ਤੁਰ ਜਾਂਦੇ ਆ ਸੋਕੇ ਘਰੇ ਪਹੁੰਚ ਗਏ ਕੋਈ ਨੁਕਸਾਨ ਕਰਾ ਕੇ 150-200 ਰੁਪਏ ਦਾ ਆ ਗਏ ਘਰੇ ਹੁਣ ਪਰ ਤੁਹਾਡੇ ਲਈ ਦੇਖ ਲਓ ਅਸੀਂ ਕੀ ਕੁਛ ਕਰ ਰਹੇ ਹਾਂ ਹੁਣ ਤਾਂ ਬੰਦੇ ਅਫਸੋਸ 'ਚ ਹੀ ਆ ਦੁੱਖ 'ਚ ਹੀ ਨੇ ਵੀ ਗੱਡੀ ਦਾ ਆਹ ਬੰਦੇ ਦਾ ਬਾਹਲਾ ਮੂਡ ਖਰਾਬ ਹੋ ਗਿਆ ਜੀ ਰਾਣੀ ਸੀ ਵਿਚਾਰੀ ਗੱਡੀ ਯਾਰ ਕੀ ਮਿਲਿਆ ਕਿਸੇ ਨੂੰ ਤੋੜ ਕੇ ਨਾ ਵਿੱਚੋਂ ਕੁਛ ਕੱਢਿਆ ਗਿਆ ਨਾ ਕੁਛ ਹੋਰ ਚਲੋ ਹੁਣ ਜੋ ਹੋਣਾ ਸੀ ਹੋ ਗਿਆ ਸਾਡਾ ਇੱਕ ਬੰਦਾ ਦਾ ਆਉਣ ਸਾਰ ਬੈੱਡ ਤੇ ਨਹੀਂ ਕੀ ਆ ਇੱਥੇ ਇਟਾਲੀਅਨ ਨਿਕਲ ਜਾ ਤੇ ਬੋਲਿਆ ਨੀ ਗਿਆ ਹੈਗਾ ਚਲੋ ਜੀ ਮਿਲਦੇ ਹਾਂ ਤੁਹਾਨੂੰ ਅਗਲੇ ਵਲੌਗ 'ਚ ਹੁਣ ਅਗਲੇ ਵਲੌਗ ਤੁਹਾਨੂੰ ਅਗਲਾ ਵਲੌਗ ਦਿਖਾਵਾਂਗੇ ਆਹ ਵਲੌਗ ਜੇ ਵਧੀਆ ਲੱਗਿਆ ਲਾਈਕ ਸ਼ੇਅਰ ਸਬਸਕ੍ਰਾਈਬ ਸਭ ਕੁਛ ਕਰ ਦਿਓ ਓਕੇ ਬਾਏ